हाँ जी, सत श्रीकाल जी सारे नूं। वधिया फार्म यूट्यूब चैनल ते तुहाडा स्वागत है जी। किसान वीरों, अज दी जिहड़ी आपां वीडियो बना रहे हां, पिंड कोट मौलवी, तहसील डेरा बाबा नानक, जिला गुरदासपुर। अगे भी इस घर दे विच तुहानूं काफ़ी वीडियो दिखाई दियां वा, ते वीर जी उहनां कोल हर वारी जिहड़ियां सोहणियां झोटियां हुंदियां, ते अज इक वैड भी तुहानूं चंगी वैड इक दिखाउणी आ, ते झोटियां जिहड़ियां सारियां जिहड़ियां सोहणियां झोटियां तुहानूं दिखाउणियां वा। आ देख सकदे जी, चार तुहानूं झोटियां दिखावांगे ते एक तुहानूं वैड तुहानूं दिखाउणी है, पंज पशु जिहड़े तुहानूं दिखाउणे आ। आ हुण गल्लबात आपां वीर जी उहनां नाल करदे हां ते पुछदे हां सारी डिटेल। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ, ਤੁਸੀਂ ਠੀਕ ਠਾਕ ਜੀ? ਵਧੀਆ ਵਧੀਆ, ਤੁਸੀਂ ਦੱਸੋ? ਬਸ ਵਧੀਆ ਜੀ, ਬਹੁਤ ਵਧੀਆ। ਚਲੋ ਵਧੀਆ ਚਾਹੀਦਾ ਵਾ। ਹਾਂਜੀ ਹਾਂਜੀ। ਤੇ ਐਰਕੀ ਇੱਕ ਵੈਡ ਵੀ ਲਿਆਂਤੀ ਫਿਰ? ਹਾਂਜੀ, ਐਰਕਾਂ ਵੈਡ ਵੀ, ਵੈਡ ਦੇ ਫਿਰ ਗਾਹਕ ਅੱਗੇ ਤਾਂ ਜ਼ਿਆਦਾ ਕੰਮ ਮੱਝਾਂ ਦਾ ਹੀ ਕਰਦੇ ਆ। ਹਾਂਜੀ ਹਾਂਜੀ। ਉਹ ਫਿਰ ਵੈਡਾਂ ਤੇ ਵੀ ਗਾਹਕ ਵਿੱਚ ਆ ਜਾਂਦੇ ਹਨ, ਨਿੰਨੇ ਦੇ ਵਾੜ ਵੈਡ ਵੀ ਲਿਆ ਕਰ, ਅੱਗੇ ਪੰਜ ਚਾਰ ਵੈਡਾਂ ਵੇਚ ਗਿਆ। ਅੱਛਾ ਅੱਛਾ। ਇੱਕ ਅੱਧੀ ਫਿਰ ਨਾਲ ਲੈ ਆਈ ਦੀ ਫਿਰ ਭੈਣ ਭਰਾਵਾਂ ਕਿਤੇ ਰਹਿੰਦੇ। ਠੀਕ ਹੈ। ਐਰਕਾਂ ਵੈਡ ਚੰਗੀ ਵਿੱਚ ਦੂਜਾ ਸੂਗਾ। ਠੀਕ ਹੈ। ਤੇ ਨਾਮ ਦੱਸਦੇ ਕਰੀ ਆਪਣਾ? ਨਾਮ ਮੇਰਾ ਗੁਰਦਿਆਲ ਸਿੰਘ ਜੀ। ਹਾਂਜੀ। ਪਿੰਡ ਕੋਟ ਮੌਲਵੀ, ਜ਼ਿਲ੍ਹਾ ਗੁਰਦਾਸਪੁਰ, ਤੇ ਤਹਿਸੀਲ ਡੇਰਾ ਬਾਬਾ ਨਾਨਕ। ਤੇ ਫੋਨ ਨੰਬਰ ਬੋਲਦੇ? ਫੋਨ ਨੰਬਰ ਹੈਗਾ 98784। ਹਾਂਜੀ। 1599। ਠੀਕ ਹੈ। ਤਹਿਸੀਲ ਆਪਣੀ ਡੇਰਾ ਬਾਬਾ ਨਾਨਕ, ਪਰ ਲਾਗੇ ਆਪਾਂ ਨੂੰ ਫਤਿਹਗੜ੍ਹ ਚੂੜੀਆਂ ਤੇ ਰਮਦਾਸ ਪੈ ਜਾਂਦਾ। ਫਤਿਹਗੜ੍ਹ ਚੂੜੀਆਂ ਤੇ ਲਾਗੇ ਰਮਦਾਸ ਪੈ ਜਾਂਦਾ ਆਪਾਂ ਨੂੰ। ਠੀਕ ਹੈ ਜੀ, ਠੀਕ। ਤੇ ਫੋਨ ਨੰਬਰ ਬੋਲਦੇ ਇੱਕ? ਫੋਨ ਨੰਬਰ 98784। ਹਾਂਜੀ। 1599। ਠੀਕ ਹੈ। ਤੇ ਕਰੀਏ ਫਿਰ ਸ਼ੁਰੂ ਹੋਣਾ, ਸ਼ੁਰੂਆਤ ਆਪਾਂ ਫਿਰ ਵੈਡ ਤੇ ਕਰ ਲੈਂਦੇ ਹਾਂ। ਰੰਗ ਰੂਪ ਦੀ ਜਿਹੜੀ ਕਾਫੀ ਸੋਹਣੀ ਹੈ ਸੂਆ ਵੀਰ ਜੀ, ਹੁਣ ਇਹਦਾ ਦੂਸਰਾ ਦੱਸ ਦਿਓ, ਚਿਹਰਾ ਆਪਾਂ ਦੇਖ ਸਕਦੇ ਕਾਫੀ ਖੂਬਸੂਰਤ ਹੈ। ਥਣ ਵੀ ਲੱਗ ਰਿਹਾ, ਤੁਹਾਨੂੰ ਦਿਖਾ ਦਈਏ, ਦੇਖ ਸਕਦੇ। ਦੱਸੀਏ ਵੀਰ ਜੀ ਇਹਦੇ ਬਾਰੇ। ਜੀ ਇਹ ਦੂਸਰਾ ਸੂਆ ਸੂਈ ਜੀ, ਆਪਾਂ ਲਾਗੋਂ ਇੱਥੋਂ ਫਾਰਮ ਚੋਂ ਲਈ ਹੈ। ਅੱਛਾ। ਪਹਿਲੇ ਸੂਏ ਨੇ 25 ਲੀਟਰ ਦੁੱਧ ਕੱਢਿਆ ਸੀ। ਅੱਛਾ। ਐਰਕਾ 25 ਤੋਂ ਪਲੱਸ ਹੀ ਜਾਏਗੀ, ਪਰਸੋਂ ਆਪਣੇ ਘਰ ਸੂਈ ਜੀ, ਪਰਸੋਂ ਦੀ। ਅੱਛਾ, ਪਰਸੋਂ ਦੀ ਸੂਈ ਹੈ। ਹੁਣ ਇਸ ਟਾਈਮ 18-19 ਲੀਟਰ ਬੌਲਾ ਇਹਦੇ ਕੋਲ। ਅੱਛਾ, ਹੈਗਾ ਇੰਨਾ ਤਿਆਰ? ਹਾਂਜੀ ਇੰਨਾ ਤਿਆਰ। ਤੇ ਬੱਚਾ ਕੀ ਮਗਰ? ਬੱਚਾ ਵੱਛਾ ਜੀ। ਮਗਰ ਵੱਛਾ ਆ? ਹਾਂਜੀ ਮਗਰ ਵੱਛਾ। ਠੀਕ ਹੈ। ਤੇ 25 ਲੀਟਰ ਦੇ ਕਰੀਬ ਜਿਹੜਾ ਚਵਾਈ ਜਾਊ? ਹਾਂਜੀ 25 ਲੀਟਰ। ਥਣ ਥੁਣ ਓਕੇ ਸਾਰੇ? ਸਭ ਕੁਝ ਵਧੀਆ ਜੀ। ਠੀਕ, ਖੋਲੋ ਫਿਰ ਤੋਰੀਏ ਕਰੀਬ। ਹਾਂ ਦੇਖ ਸਕਦੇ ਜੀ, ਬਾਕੀ ਕੱਦ ਕਾਠ ਜਿਹੜਾ ਕਾਫੀ ਉੱਚਾ, 18 ਕੁ ਲੀਟਰ ਦੇ ਕਰੀਬ ਜਿਹੜਾ ਬੋਲਾ ਹੁਣ ਇਹਦੇ ਕੋਲ ਵੀਰ ਜੀ ਹੁਣੀ ਦੱਸਦੇ। ਤੇ ਦੂਰ ਤੋਂ ਵੀ ਇੱਕ ਵਾਰੀ ਰੰਗ ਰੂਪ ਜਿਹੜਾ ਕੱਦ ਕਾਠ ਇਹਦਾ ਇੱਕ ਵਾਰੀ ਦੇਖ ਸਕਦੇ ਜੀ। ਮੁੱਲ ਹੋਣੇ ਤਾਂ ਆਪਾਂ ਵੀਰ ਜੀ ਉਹਨਾਂ ਤੋਂ ਪੁੱਛ ਲੈਂਦੇ ਹਾਂ। ਬਿਆਨੀ ਵਾਲੇ ਪਾਸੇ ਤਾਂ ਵੀ ਥਾਣੇ ਦੇ ਕਰੀ ਚੰਗੀ ਤਰ੍ਹਾਂ ਤੁਹਾਨੂੰ ਲੱਗ ਕੇ ਦਿਖਾ ਦਈਏ। ਆ ਦੇਖ ਸਕਦੇ, ਹਵਾਨੇ ਦੇ ਉੱਤੇ ਵੀ ਬਰੀਕ ਬਰੀਕ ਨਾੜਾਂ ਆਪਾਂ ਦੇਖ ਸਕਦੇ, ਸੋਹਣੀਆਂ ਲੱਗਦੀਆਂ। ਬਾਕੀ ਥਣ ਬੜਾ ਪਿਆਰਾ ਲੱਗਾ ਇਹਦੇ ਕੋਲ। ਹਾਂਜੀ ਵੀਰ ਜੀ, ਫਿਰ ਮੁੱਲੇ ਦਾ ਆਪਾਂ ਦੱਸੀਏ ਜੀ। ਮੁੱਲ ਵੀਰ ਜੀ ਬਹੁਤ ਵੱਡੀ ਵੈੜ, ਇਹੋ ਜਿਹੇ ਲੋਕ 70-75 ਵੀ ਮੁੱਲ ਕਰੀ ਜਾਂਦੇ ਆ। ਹਾਂਜੀ ਹਾਂਜੀ। ਤੇ ਬਾਕੀ ਥਣ ਥੁਣ ਬਹੁਤ ਥੋੜਾ ਲੱਗਾ ਨੇ, ਜੇ ਅੱਜ ਆਪਾਂ ਨੂੰ ਥਣ ਛੋਟੇ ਛੋਟੇ ਰਹਿੰਦੇ ਨੇ, ਥਣ ਵੀ ਬਹੁਤ ਪਿਆਰਾ ਲੱਗਾ। ਹਾਂਜੀ ਹਾਂਜੀ। ਤੇ ਇਸ ਮੁੱਲ 70-75 ਵੀ ਕਰੀਦਾ, ਮੁੱਲ 65,000 ਕਰਾਂਗੇ, 60 ਦੀ ਦੇ ਦਾਂ। ਅੱਛਾ, 60,000 ਦੀ ਦੇ ਦੋਗੇ, ਉਹ ਚ ਹੋ ਜੂ ਮਾਨ ਤਨ? ਥੋੜਾ ਬਹੁਤਾ ਛੋਟ ਛਾਲ ਜ਼ਰੂਰ ਹੋਏਗੀ, ਮੁੱਲ ਹੀ ਬੜੋ ਵੇਖੋ ਵੀਰ ਜੀ, ਵੈੜ ਵੱਡੀ ਹੈ। ਹਾਂਜੀ ਹਾਂਜੀ, ਆ ਦੇਖ ਸਕਦੇ, 70-75 ਵੀ ਹੋ ਜੀ ਦਾ ਰੁਪਏ 80-80 ਵੀ ਕਰਦੇ ਨੇ, ਅਸੀਂ ਬਿਲਕੁਲ ਜਾਇਜ਼ ਮੁੱਲ ਕਰਦੇ। 60,000 ਚੋਂ ਚਲੋ ਵੀਰ ਜੀ ਹੁਣ ਕਹਿੰਦੇ ਕਿ ਛੋਟ ਜਿਹੜੀ ਆਪਾਂ ਕਰ ਦਿਆਂਗੇ, ਬੱਚਾ ਜਿਹੜਾ ਵਛਾ ਇਹਦਾ ਆਵਲਾ ਜੀ, ਬਿਲਕੁਲ ਨਾੜੂ ਨਾਲ ਪਰਸੋਂ ਦੀ। ਆ ਦੇਖ ਸਕਦੇ ਜੀ, ਵਛਾ ਵੀ ਜਿਹੜਾ ਕਾਫੀ ਸੋਹਣਾ ਆ। ਆਓ ਜਿਹੜੀ ਹੁਣ ਤੁਹਾਨੂੰ ਝੋਟੀਆਂ ਜਿਹੜੀਆਂ ਦਿਖਾਈਏ, ਸਭ ਤੋਂ ਪਹਿਲੇ ਨੰਬਰ ਤੇ ਆ ਝੋਟੀ ਝੋਟੀ ਤੁਹਾਨੂੰ ਦਿਖਾਉਣੀ, ਦੱਸੀਏ ਵੀਰ ਜੀ ਇਹਦੇ ਬਾਰੇ। ਵੀਰ ਜੀ ਪਹਿਲਾ ਸੂਆ ਝੋਟੀ ਸੂਈ ਜੇ? ਅੱਛਾ ਜੀ। ਮਗਰ ਕੱਟੀ ਹੈ? ਅੱਛਾ, ਮਗਰ ਇਹਦੇ ਕੱਟੀ ਹੈ, ਮਗਰ ਕੱਟੀ ਹੈ। ਦੁੱਧ ਇਸ ਟਾਈਮ ਇਹਦੇ ਕੋਲ ਤੀਜਾ 5-4 ਦਿਨ ਹੋਏ ਸੂਈ ਨੂੰ, 12 ਲੀਟਰ ਤਿਆਰ ਹੈ। ਤਿਆਰ ਇਹਨਾਂ 12 ਲੀਟਰ ਪਹਿਲੇ ਸੂਏ ਸੂਈ ਝੋਟੀ? ਪਹਿਲੇ ਸੂਏ ਗਰੰਟੀ ਵਾਲਾ 12 ਲੀਟਰ ਮਿਣ ਕੇ ਦੇਵਾਂਗੇ। ਅੱਛਾ, ਮਿਣ ਕੇ ਦੋਗੇ, ਚਵਾ ਕੇ ਦੋਗੇ, ਦੋ ਟਾਈਮ 3 ਟਾਈਮ ਆਪਣੀ ਤਸੱਲੀ ਭੈਣ ਭਰਾ ਕੋ ਕਰਕੇ ਖੜੇ। ਠੀਕ ਹੈ, ਜੋ ਦੱਸਾਂਗੇ ਉਹ ਨਿਕਲੇ। ਅੱਛਾ, ਸੂਈ ਨੂੰ ਪ੍ਰੋਪਰ ਕਿੰਨੇ ਦਿਨ ਹੋਏ? ਸੂਈ ਨੂੰ ਅੱਜ 5-6 ਦਿਨ ਲਾ ਲਓ ਤੁਸੀਂ। 5-6 ਦਿਨ, ਹਫ਼ਤੇ ਤੋਂ ਅੰਦਰ ਹੀ ਆ। ਹਾਂਜੀ, ਹਫ਼ਤੇ ਤੋਂ। ਕਿੰਨਾ ਕੁ ਦੁੱਧ ਚਵਾ ਜਾਓ ਪਹਿਲੇ ਸੂਏ ਜੀ? ਦੁੱਧ ਵਿੱਚ ਜੇ ਹਿਸਾਬ ਨਾਲ 12 ਲੀਟਰ ਹੁਣ ਕਰਨੀ ਜੀ, ਸਿਆਮ ਕਰੇਗਾ 14 ਤਾਂ ਸੌਖਾ ਚਵਾਈ ਜਾਏਗੀ ਨਾ ਪਹਿਲੇ ਸੂਏ ਦੀ ਸਾਹ ਬਣਾ ਕੇ ਦਾਦੀ ਕਿਸੇ ਨੇ ਕਰਨੀ ਹੈ। ਹਾਂਜੀ ਹਾਂਜੀ। ਜੇ ਕੋਈ ਚੰਗੀ ਸਾਹ ਕਰੇਗਾ 14 ਲੀਟਰ ਤੱਕ ਜਾਏਗੀ, 12 ਇਸ ਟਾਈਮ ਤਿਆਰ ਹੈ। ਠੀਕ ਹੈ, ਲਿਆ ਫਿਰ ਖੋਲੋ ਤੋਰੀ ਇੱਕ ਰਿੰਨ ਵੀ। ਹਾਂ ਦੇਖ ਸਕਦੇ ਜੀ, ਸੋਹਣੀ ਝੋਟੀ ਹੈ, ਸੂਆ ਜਿਹੜਾ ਇਹਦਾ ਪਹਿਲਾ ਹੀ ਹੈ। ਕੱਦ ਕਾਠ ਜਿਹੜਾ ਚੰਗਾ ਵਾ, ਕੱਦ ਕਾਠ ਪੱਖੋਂ ਜੀ ਉਹਨਾਂ ਦੇ ਪਸ਼ੂ ਜਿਹੜੇ ਸਾਰੇ ਚੰਗੇ ਹੁੰਦੇ ਆ। ਹਾਂ ਦੇਖ ਸਕਦੇ, ਹਵਾਨਾ ਇਹਦਾ 12 ਲੀਟਰ ਮੌਕੇ 'ਤੇ ਜਿਹੜਾ ਤਿਆਰ ਆ, ਦੂਰ ਤੋਂ ਪਿੱਠ ਪੂੜਾ ਦੇਖ ਸਕਦੇ ਇੱਕ ਵਾਰੀ, ਅਤੇ ਮਗਰ ਵੀ ਇਹਦੇ ਕੱਟੀ ਆ, ਬਾਕੀ ਸਿੰਘ ਵੀ ਸੋਹਣਾ ਲੱਗਾ, ਅਤੇ ਥਣ ਵੀ ਇਹਦਾ ਇੱਕ ਵਾਰੀ ਚੰਗੀ ਤਰ੍ਹਾਂ ਲੱਗ ਰਿਹਾ, ਤੁਹਾਨੂੰ ਦਿਖਾ ਦਿੰਦੇ।
हाँ देख सकते थना का साइज एक करी तुम दिखा दिए लागे तो हवाने ते भी बरीक बरीक नाड़ा जिहड़ियां आपां देख सकते सोहनिया लगदियां वा ते गैप साइज जिहड़ा थना का चंगा है। दसीए वीर जी मुल इहदा भी आपां ठीक है जी। आओ जी हम तुम दूसरे नंबर एक झोटी होर दिखाई है चेहरा जरा ए सोहना वा थाने दे भी एक लागे तो पहले तुम दिखा दिए आ सदे जी थाना का साइज जरा भी ठीक है तो गैप भी चंगा तो हवाने के नाड़ा बरीक बरीक ये भी आप देख सकते सोहनिया दसीए भी जी ए सूआ किनवा जी ठीक है बाकी कद काठ जो झोटी का चंगा उच्चा सूआ ए दूसरा है मगर ए कट्टी है दुध मौके से 12 लीटर ए तैयार है कोई वीर जिस तरह मर्जी अपनी तसली करके चवा के ले जा सकता जी। कद काठ की पिट पुड़े की जी भी चंगी है एक पिट पुड़े तो भी देख सकते जी 75,000 च मानता जरा यदा हो जूगा कद काठ जी सारिया के चंगे उच्चे हूँ जी तुम तीसरे नंबर से एक झोटी होर दिखाई है चेहरा जरा यदा भी बड़ा खूबसूरत है तो कद काठ की जी भी बड़ी चंकी है दसीए भीर जी ए बारे भी मोरा ठीक है दुध चवाई जाऊगी बाकी चलो मौके काफी चंगी है पशु जेडे सारे कद काठ पखो चंगे निगर हवाने झोटियां जिहड़ियां तुहानू दिखाउंदे आ सोहनिया झोटियां वा पिट पुड़े दी भी जिहड़ी चंगी अज उन्हां वीरां वास्ते जिहड़ियां झोटियां दिखाउंदे जिन्ना वीरां नूं हुंदा कि पशु भी घरे भज्जा सोहना लगे ते दुध भी जिहड़ा पशु चंगा दवे फिर चंगे पशु दा जिहड़ा मुल भी थोड़ा चंगा ही हुंदा वा। हुण एंड ते इक होर तुहानूं दिखाउणी आ पंजवें नंबर से भी तुम बहर कट के चंगी तरह दिखाने दसीए भीर जी ए बारे भी दिन हो गए दस बारह दिन कटी जी कटी आ कटी है जी देख सकते
ਤੇ ਬਾਕੀਆਂ ਦੀਆਂ ਜਿਹੜੀਆਂ ਦੋ ਕੱਟੀਆਂ ਆ ਵਾ ਹਾਂ ਦੇਖ ਸਕਦੇ ਜੀ ਦੋਵੇਂ ਤੇ ਆਹ ਜਿਹੜਾ ਵੱਛਾ ਇੱਧਰ ਵੱਛਾ ਕਾਫੀ ਪਲਿਆ ਵਾ ਆਹ ਦੇਖ ਸਕਦੇ ਜੀ ਇਹ ਵੀ ਤੁਹਾਨੂੰ ਤੋੜ ਕੇ ਦਿਖਾ ਦਈਏ ਹਵਾਨਾ ਜਿਹੜਾ ਦੇਖ ਸਕਦੇ ਜੀ ਦੁੱਧ 12-13 ਲੀਟਰ ਜਿਹੜਾ ਇਹਦੇ ਕੋਲ ਵੀ ਵੀਰ ਜੀ ਹੁਣੀ ਤਿਆਰ ਦੱਸ ਦੇ ਇੱਕ ਵਾਰੀ ਵੀਰ ਜੀ ਲੈ ਆਓ ਇੱਧਰ ਨੇ ਬਾਕੀ ਚਿਹਰੇ ਦੀ ਕੱਦ ਕਾਠ ਦੀ ਜਿਹੜੀ ਇਹ ਵੀ ਚੰਗੀ ਹੈ ਥਾਨ ਜਿਹੜਾ ਇਹਦੇ ਕੋਲ ਵੀ ਕਾਫੀ ਚੰਗਾ ਲੱਗਾ ਥਾਣੇ ਦੇ ਵੀ ਇੱਕ ਵਾਰੀ ਲੱਗ ਰਿਹਾ ਤੁਹਾਨੂੰ ਦਿਖਾ ਦਈਏ ਆਹ ਦੇਖ ਸਕਦੇ ਜੀ ਥਾਣਾ ਦਾ ਸਾਈਜ਼ ਜਿਹੜਾ ਇਹਦੇ ਕੋਲ ਵੀ ਠੀਕ ਆ ਮਿਲਕਵੇਨ ਵੀ ਚੰਗੀ ਆ ਮੁੱਲੇ ਦਾ ਵੀ ਹੁਣ ਪੁੱਛ ਲੈਂਦੇ ਹਾਂਜੀ ਵੀਰ ਜੀ ਫਿਰ ਮੁੱਲੇ ਦਾ ਵੀ ਦੱਸ ਦਈਏ ਆਪਾਂ ਜੀ ਮੁੱਲ ਜਿੰਨਾ ਦਾ ਦੁੱਧ ਆ ਜਿੱਦਾਂ ਝੋਟੀ ਪਲੀ ਜਿਹੜੀ ਮੁੱਲ ਤੇ ਫਿਰ ਲੋਕੀ ਤੋਂ ਬਾਹਰ 90-90 ਹਜ਼ਾਰ ਰੁਪਏ ਕਰਦੇ ਨੇ ਹਨਾ ਹਾਂਜੀ ਹਾਂਜੀ ਐਂ ਵੀਰ ਜੀ 80 ਹਜ਼ਾਰ ਦੀ ਦੇ ਦਾਂਗੇ 80 ਹਜ਼ਾਰ ਦੀ ਦਓਗੇ 80 ਹਜ਼ਾਰ ਦੀ ਕਰ ਦੋਗੇ ਮਾਨਦਾਨ ਉੱਚ ਵੀ ਕਰ ਦਾਂਗੇ ਜ਼ਰੂਰ ਥੋੜੀ ਬਹੁਤੀ ਛੋਟ ਛਾਪ ਭੈਣ ਭਰਾ ਜ਼ਰੂਰ ਠੀਕ ਹੈ ਕਰਾਂਗੇ ਠੀਕ ਹੈ ਬਿਲਕੁਲ ਜਾਇਜ਼ ਕਰਾਂਗੇ ਹਾਂਜੀ ਵੀਰ ਜੀ ਹੋਰ ਕੁਝ ਕਹਿਣਾ ਫਿਰ ਨਹੀਂ ਵੀਰ ਜੀ ਹੋਰ ਨਹੀਂ ਕੁਝ ਕਹਿਣਾ ਹੋਰ ਬਾਕੀ ਆਪਣਾ ਭੈਣ ਭਰਾ ਜਿੰਨੇ ਵੀ ਆਉਣਾ ਹੈ ਜਿੰਨੇ ਇੱਥੇ ਆ ਸਕਦਾ ਉਹ ਆਪਣੀ ਤਸੱਲੀ ਕਰ ਲੇ ਠੀਕ ਜੇ ਕੋਈ ਨਹੀਂ ਵੀ ਆ ਸਕਦਾ ਕਿਸੇ ਨੇ ਆਨਲਾਈਨ ਵੀ ਮੰਗਾਉਣੀ ਹੈ ਜੋ ਦੱਸਾਂਗੇ ਉਹ ਨਿਕਲੇ ਠੀਕ ਹੈ ਜੀ ਹਾਂ ਜਿੰਨਾ ਦੁੱਧ ਦੱਸਿਆ ਉਹ ਨਿਕਲੇਗਾ ਚ ਵਾਪਸ ਮਾਉ ਕੇ ਨਿਕਲੇਗਾ ਸਾਰੇ ਡੰਗਰਾਂ ਦਾ ਠੀਕ ਹੈ ਜੀ ਬਿਲਕੁਲ ਵਧੀਆ ਨਿਕਲੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਜਿਹੜੇ ਵੀਰ ਜੀ ਹੁਣਾਂ ਨੇ ਆ ਵਾਲੇ 4-5 ਵਕਾਊ ਕੀਤੇ ਆ ਤੇ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਚਵਾਈ ਕਰੇ ਪਾਸ ਕਰੇ ਅਤੇ ਆਪਣੀ ਸਮਝ ਦੇ ਹਿਸਾਬ ਨਾਲ ਵੇਖ ਚੱਕ ਕੇ ਖੜੇ ਬਾਕੀ ਸਾਰੀਆਂ ਹੀ ਸੋਹਣੀਆਂ ਵਾ ਕੱਦ ਕਾਠ ਜਿਹੜੇ ਸਾਰੀਆਂ ਦੇ ਚੰਗੇ ਉੱਚੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।